ਕਿੰਨਾ ਪਰਚਾ ਭੇਜੋ ਹਿੰਮਤ ਭੇਜੋ ਇੱਕ ਪੁਲਿਸ ਮੁਲਾਜ਼ਮ ਦੇ ਉੱਤੇ ਇੱਕ ਵਿਅਕਤੀ ਨੇ ਥਾਣੇ ਦੇ ਵਿੱਚ ਥੱਪੜ ਮਾਰਨ ਦੇ ਇਲਜ਼ਾਮ ਲਾਏ ਨੇ। ਦਰਅਸਲ ਦੱਸ ਦਈਏ ਕਿ ਦੋ ਧਿਰਾਂ ਲੜਾਈ ਤੋਂ ਬਾਅਦ ਸਮਝੌਤੇ ਦੇ ਲਈ ਥਾਣੇ ਦੇ ਵਿੱਚ ਪਹੁੰਚੀਆਂ ਸੀ ਤਾਂ ਪੁਲਿਸ ਮੁਲਾਜ਼ਮ ਦੇ ਅੱਗੇ ਇੱਕ ਧਿਰ ਨੇ ਜਦੋਂ ਆਪਣਾ ਪੱਖ ਰੱਖਿਆ ਤਾਂ ਦੂਸਰੀ ਧਿਰ ਦੇ ਵਿਅਕਤੀ ਨੇ ਕਿਹਾ ਕਿ ਹੁਣ ਉਹਨਾਂ ਦੀ ਗੱਲ ਵੀ ਸੁਣੀ ਜਾਵੇ, ਪਰ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਗੱਲ ਨਾ ਸੁਣਦਿਆਂ ਉਹਨਾਂ ਦੇ ਇੱਕ ਵਿਅਕਤੀ ਦੇ ਮੂੰਹ 'ਤੇ ਥੱਪੜ ਮਾਰਿਆ ਅਤੇ ਜਿਸ ਤੋਂ ਬਾਅਦ ਇਹ ਸਾਰਾ ਮਾਹੌਲ ਭਖਿਆ। ਦੱਸ ਦਈਏ ਕਿ ਗੁੱਸੇ ਦੇ ਵਿੱਚ ਆਈ ਦੂਜੀ ਧਿਰ ਦੇ ਮੈਂਬਰਾਂ ਦੇ ਵੱਲੋਂ ਥਾਣੇ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਇਹ ਸਭ ਦੇਖ ਕੇ ਪੁਲਿਸ ਦੇ ਜੋ ਸੀਨੀਅਰ ਅਧਿਕਾਰੀ ਸੀ ਮੌਕੇ ਦੇ ਉੱਤੇ ਪਹੁੰਚੇ ਅਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਝਗੜੇ ਤੋਂ ਬਾਅਦ ਥਾਣੇ ਦੇ ਵਿੱਚ ਸਮਝੌਤੇ ਲਈ ਪਹੁੰਚੀਆਂ ਦੋ ਧਿਰਾਂ ਦੇ ਇੱਕ ਮੈਂਬਰ ਦੇ ਪੁਲਿਸ ਮੁਲਾਜ਼ਮ ਨੇ ਥੱਪੜ ਮਾਰਿਆ ਅਤੇ ਥੱਪੜ ਮਾਰਨ ਦੇ ਇਲਜ਼ਾਮ ਜੋ ਨੇ ਇੱਕ ਵਿਅਕਤੀ ਦੇ ਵੱਲੋਂ ਲਗਾਏ ਗਏ ਨੇ। ਮੌਕੇ ਦੇ ਉੱਤੇ ਪਹੁੰਚੇ ਤਮਾਮ ਸੀਨੀਅਰ ਅਧਿਕਾਰੀਆਂ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਦੀ ਗੱਲ ਆਖੀ ਜਾ ਰਹੀ ਹੈ। ਸਰ, ਮੈਂ ਸਿਮਲਾਪੁਰੀ ਥਾਣੇ ਆਇਆ ਸੀਗਾ ਜੀ, ਕੁਛ ਫੈਮਿਲੀ ਮੈਟਰ ਸੀਗਾ, ਉਹਦੇ ਸੰਬੰਧੀ ਮੈਂ ਆਇਆ ਸੀਗਾ। ਡਿਊਟੀ ਅਫਸਰ ਨਾਲ ਮੇਰੀ ਗੱਲਬਾਤ ਚੱਲਦੀ ਪਈ ਸੀ, ਉਹਨਾਂ ਨੇ ਇੱਕ ਪਾਰਟੀ ਦੀ ਗੱਲ ਸੁਣੀ, ਮੈਂ ਕਿਹਾ ਸਰ ਹੁਣ ਦੂਜੀ ਪਾਰਟੀ ਦੀ ਵੀ ਸੁਣ ਲਓ। ਉਹਨਾਂ ਨੇ ਮੈਨੂੰ ਕਿਹਾ ਵੀ ਤੇਰੇ ਤੋਂ ਪੁੱਛ ਕੇ ਨਹੀਂ ਸੁਣਨੀ ਅਸੀਂ। ਮੈਂ ਕਿਹਾ ਭਾਈ ਸਾਹਿਬ ਐਂ ਧੱਕਾ ਨਾ ਕਰੋ, ਦੂਜੀ ਪਾਰਟੀ ਸੁਣੋ, ਅਸੀਂ ਤੁਹਾਡੇ ਕੋਲ ਨਹੀਂ ਜਾਵਾਂਗੇ, ਕਿੱਥੇ ਜਾਵਾਂਗੇ। ਉਹਨਾਂ ਨੇ ਕੁਛ ਨਹੀਂ ਸੁਣੀ ਜੀ, ਦੂਜਾ ਅਫਸਰ ਖੜ ਕੇ ਆ ਗਿਆ, ਕਹਿੰਦਾ ਤੂੰ ਆਰਾਮ ਨਾਲ ਬੋਲ, ਬਾਲੀ ਇੱਥੇ ਲੀਡਰੀ ਨਾ ਕੋਟ। ਮੈਨੂੰ ਇਹ ਗੱਲ ਕਹੀ, ਉਹ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਹੱਥਾਪਾਈ ਕਰਨੀ ਸ਼ੁਰੂ ਕਰਤੀ ਜੀ। ਹਿੰਮਤ ਕੁਮਾਰ ਉਹਦਾ ਨਾਮ ਹੈ ਜੀ, ਦੂਜੇ ਦਿਨ ਦੋ ਦਾ ਮੈਂ ਨਾਮ ਜਾਣਦਾ ਨਹੀਂ ਜੀ ਕੌਣ ਹੈ। ਅਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਸਰ ਤੁਸੀਂ ਧੱਕਾ ਕਰ ਰਹੇ ਹੋ, ਕਹਿੰਦਾ ਅਸੀਂ ਤਾਂ ਐਂ ਕਰਦੇ ਜਿੱਥੇ ਜਾਣਾ ਜਾ। ਉਹਨਾਂ ਨੇ ਥੱਪੜ ਮਾਰੇ ਜੀ, ਮੁੱਕਾ ਮਾਰਿਆ, ਦੁਬਾਰਾ ਸਿਰ ਮਾਰੇ ਮੇਰੇ ਫੜ ਕੇ। SHO ਸਾਹਿਬ ਨੇ ਮੈਨੂੰ ਕਹੀ ਦਰਖਾਸਤ ਵੀ ਲਿਖ ਕੇ ਦਿਓ, ਅਸੀਂ ਬਣਦੀ ਕਾਰਵਾਈ ਕਰਾਂਗੇ। ਉਹ ਵੀ ਮਾੜਾ ਔਖੇ ਬੋਲੇ ਵੀ ਮੈਂ ਡਾਂਗ ਫੇਰੂੰਗਾ, ਮੈਂ ਪਰਚੇ ਕਾਰਵਾਈ ਕਰ ਦੂੰਗਾ। ਹੁਣ ਕਿੱਥੇ ਜਾਈਏ? ਥਾਣੇ ਨਾ ਆਈਏ ਤਾਂ ਆਪਣੀ ਤਕਲੀਫ ਸੁਣਨ ਕੀ, ਤੂੰ ਕਿੱਥੇ ਜਾਈਏ ਜੀ? ਅਤੇ ਸਾਡਾ ਤਾਂ ਧੱਕਾ ਹੁੰਦਾ ਵੀ ਕਿੱਥੇ ਜਾਈਏ, ਇਸ ਤਰ੍ਹਾਂ ਵਿੱਚ ਕਰਕੇ ਵੀ ਅਸੀਂ SC ਸਮਾਜ ਤੋਂ ਤਾਂ ਕਰਕੇ ਸਾਡੇ ਨਾਲ ਧੱਕਾ ਹੈ। ਹੁਣ ਸਰ ਉਹ ਕਹਿੰਦੀ ਸਾਡੇ ਨੂੰ ਲਿਖ ਕੇ ਦਰਖਾਸਤ ਦਿਓ, ਇੱਥੇ CCTV ਕੈਮਰੇ ਵਿੱਚ ਵੀਡੀਓ ਫੋਟੋ ਹੈਗੀ ਹੈ ਜੀ। ਮੈਂ ਤੁਹਾਡੇ ਨੂੰ ਬੇਨਤੀ ਕਰਦਾ ਜੀ, ਪ੍ਰਸ਼ਾਸਨ ਨੂੰ ਵੀ ਉਹ ਵੀਡੀਓ ਕਢਾ ਕੇ ਚੈੱਕ ਕੀਤੀ ਜਾਵੇ। ਜੇ ਮੈਂ ਗਲਤ ਤਾਂ ਮੇਰੇ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਜੇ ਇਹਨਾਂ 'ਤੇ ਕਾਰਵਾਈ ਨਹੀਂ ਹੋਈ, ਮੈਂ ਆਪਣੇ ਆਪ ਨੂੰ ਸੁਸਾਈਡ ਕਰੂੰਗਾ ਜੀ, ਇੱਥੇ ਅੱਗ ਲਾ ਕੇ ਆਪਣੇ ਆਪ ਨੂੰ ਫੂਕ ਲੂੰਗਾ ਜੀ। ਬਈ ਸਾਡੀ ਨਾ ਬਹੂ ਹੈ, ਮੈਂ ਕੀਤੀ ਹੈ ਬੇਦਖਲ, ਕਿਉਂਕਿ ਇਹ ਰੋਜ਼ ਰੋਜ਼ ਧਮਕੀ ਦਿੰਦੀ ਮੈਨੂੰ, ਮੈਂ ਟਰੱਕ ਥੱਲੇ ਵੜ ਜਾਣਾ, ਮੈਂ ਅੱਗ ਲਾ ਕੇ ਮਰ ਜਾਣਾ। ਬਾਈ ਮੈਂ ਬੇਦਖਲ ਕੀਤੇ 20 ਸਾਲ ਹੋ ਗਏ। ਅੱਜ ਇਹ ਇੱਕ ਗਲੀ 'ਚ ਕੁੜੀ ਦਾ ਘਰ ਹੈ, ਇੱਕ ਨੰਬਰ 'ਤੇ ਮੁੰਡੇ ਦਾ ਘਰ ਹੈ, ਦੋ ਨੰਬਰ 'ਤੇ ਕੁੜੀ ਦਾ। ਕੁੜੀ ਉੱਥੇ ਵਿਆਹੀ ਹੋਈ ਹੈ, ਕੁੜੀ ਵਿਆਹੀ ਹੋਈ ਹੈ। ਅਤੇ ਮੈਂ ਕੱਲ੍ਹ ਮਿਲਣ ਗਈ ਸੀ ਕੁੜੀ ਨੂੰ, ਮੈਂ ਕੱਲ੍ਹ ਕੁੜੀ ਨੂੰ ਮਿਲਣ ਗਈ ਤਾਂ ਪਰ ਇਹੀ ਗੱਲ ਹੈ ਜਿਹੜੀ ਦੱਸ ਰਹੀ ਹਾਂ। ਮਿਲਣਗੇ ਤਾਂ ਉੱਥੇ ਬਹੂ ਸਾਡੀ ਆਈ ਨਾ, ਫੜ ਲਿਆ ਸਾਡੀ ਕੁੜੀ ਨੂੰ ਫੜ ਲਿਆ ਅਤੇ ਮੁੰਡਾ ਛੁਡਾਉਣ ਲੱਗਿਆ, ਮੇਰਾ ਮੁੰਡਾ ਵੀ ਨਾਲ ਹੀ ਸੀ, ਤਾਂ ਉਹਨੂੰ ਕੁੜੀ ਨੂੰ ਕੁੱਟਣ ਲੱਗ ਗਈ ਫੜ ਗਿਆ ਮੇਰੀ। ਜੇ ਕੁੜੀ ਨੂੰ ਫੜ ਲਿਆ ਤਾਂ ਕੁੜੀ ਕੀ ਕਰੇਗੀ, ਫੜੇਗੀ ਨਾ। ਥਾਣੇ 'ਚ ਪੁਲਿਸ ਵਾਲੇ ਸੀ ਤਿੰਨ ਜਿਹੜੇ ਕੁੱਟਦੇ ਪਏ ਸੀ ਮੇਰੇ ਜਵਾਈ ਨੂੰ, ਉਹਨਾਂ ਨੇ ਹੱਥ ਚੱਕਿਆ, ਉੱਦਾਂ ਹੀ ਗੱਲ ਕਰਦੇ ਪਏ ਸੀ, ਇੱਕ ਪਾਸੇ ਕੀ ਸੁਣਦੇ, ਇੱਕ ਪਾਸੇ ਕੀ ਸੁਣਿਆ ਹੀ ਨਹੀਂ।
ਪਤਾ ਹੀ ਨਹੀਂ ਰੌਲਾ, ਪਤਾ ਨਹੀਂ ਕਿਸ ਚੀਜ਼ ਦਾ ਰੌਲਾ। ਫੈਮਿਲੀ ਮੈਟਰ ਹੈਗਾ ਕੋਈ, ਉਹਦੇ ਉਹ ਹਿੰਮਤ ਨੇ, ਇਹਨਾਂ ਦਾ ਮੁਲਾਜ਼ਮ ਹੈ ਹਿੰਮਤ, ਹਿੰਮਤ ਸਿੰਘ ਕਹਿੰਦੇ ਜਵਾਨ ਨਗਰ ਕੰਮ ਦਾ ਰਹਿਣ ਵਾਲਾ ਆਪਣਾ, ਠੀਕ ਹੈ। ਉਹਨੇ ਭਰਾ ਦੇ ਰਾਜੀਨਾਮਾ ਕਰਾਉਣ ਆਇਆ ਸੀ, ਇਹਦੇ ਥੱਪੜ ਮਾਰਿਆ ਆਪਣੇ ਭਰਾ ਦੇ। ਰੌਲਾ ਕੁਛ ਨਹੀਂ, ਕੋਈ ਫੈਮਿਲੀ ਮੈਟਰ 'ਚ ਆਇਆ ਕਹਿੰਦਾ ਤੇਰੀ ਹਿੰਮਤ ਕਿੱਦਾਂ ਕੀ ਬੋਲਣ ਦੀ, ਇਹਦਾ ਥੱਪੜ ਮਾਰਤਾ ਆਪਣੇ ਰਾਜੂ ਸ਼ੇਰਪੁਰੀ ਦੇ, ਉਹਦੇ ਘਰ 'ਚ ਮੈਟਰ ਇਹ। ਅਤੇ ਹੁਣ ਕਹਿੰਦੇ ਵੀ ਬਹਿ ਕੇ ਰਲ ਮੇਲ ਲਓ, ਵੀ ਹੁਣ ਕਾਰਵਾਈ ਆਪਾਂ ਹਿੰਮਤ 'ਤੇ ਕਰਾਉਣੀ ਆ। ਹਾਂਜੀ, ਅਸੀਂ ਇੱਥੇ ਫੈਸਲਾ, ਦੋ ਪਾਰਟੀ ਸਾਡੀ ਫੈਸਲਾ ਕਰਨ ਇੱਥੇ ਆਈ ਸੀਗੀ। ਇਹਨਾਂ ਨੇ, ਪੁਲਿਸ ਵਾਲੇ ਨੇ ਇੱਕ ਪਾਰਟੀ ਦੀ ਗੱਲ ਸੁਣੀ ਹੈ, ਦੂਜੇ ਪਾਰਟੀ ਦੀ ਇਹਨਾਂ ਨੇ ਗੱਲ ਨਹੀਂ ਸੁਣੀ ਹੈ, ਠੀਕ ਹੈ। ਅਸੀਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਪਿਆਰ ਨਾਲ ਸਮਝਾਇਆ ਕਿ ਦੂਸਰੇ ਪਾਰਟੀ ਦੀ ਗੱਲ ਸੁਣੋ, ਇਹਨਾਂ ਨੇ ਸੁਣੀ ਨਹੀਂ। ਅਤੇ ਮੇਰੇ ਜੀਜੂ ਨੇ ਆ ਕੇ ਇੱਦਾਂ ਕਿਹਾ ਵਾ, ਮੇਰੇ ਜੀਜੂ ਰਾਜੂ ਨੇ ਇੱਦਾਂ ਕਿਹਾ ਵਾ ਕਿ ਆ ਕੇ ਇਸ ਪਾਰਟੀ ਦੀ ਵੀ ਗੱਲ ਸੁਣੋ, ਇਹਨਾਂ ਨੇ ਇਸ ਪਾਰਟੀ ਦੀ ਗੱਲ ਨਹੀਂ ਸੁਣੀ, ਸਾਡੀ ਗੱਲ ਨਹੀਂ ਸੁਣਵਾਈ ਕੀਤੀ ਗਈ। ਅਤੇ ਪੁਲਿਸ ਵਾਲਿਆਂ ਨੇ ਸਾਡੇ ਜੀਜਾ ਦੇ ਨਾਲ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਥੱਪੜ ਮਾਰਿਆ, ਫਿਰ ਇੱਕ ਬੰਦੇ ਨੇ ਜਿਹੜਾ ਕਾਊਂਟਰ 'ਤੇ ਬੈਠਾ ਉਹਨੇ ਆ ਕੇ ਮੁੱਕੇ ਮਾਰਨ ਸ਼ੁਰੂ ਕਰਤੇ ਕਮਰੇ ਦੇ ਵਿੱਚ ਅੰਦਰ। ਤਿੰਨ ਪੁਲਿਸ ਵਾਲੇ ਚੱਕ ਕੇ ਅੰਦਰ ਕਮਰੇ ਦੇ ਵਿੱਚ ਬੰਦ ਕਰਕੇ ਉਹਨਾਂ ਨੂੰ ਮਾਰ ਕੁਟਾਈ ਕੀਤੀ ਹੈ ਬਿਨ ਮਤਲਬ ਹੀ। ਹੁਣ ਕੁਛ ਨਹੀਂ ਕਹਿੰਦੇ, ਮੇਰਾ ਜੀਜੂ ਕਹਿੰਦਾ ਮੈਨੂੰ ਇਨਸਾਫ ਦਿੱਤਾ ਜਾਵੇ ਜਾਂ ਇਹਨ ਪੁਲਿਸ ਵਾਲੇ 'ਤੇ ਕਾਰਵਾਈ ਕੀਤੀ ਜਾਏ। ਸਾਡਾ ਫੈਸਲਾ ਤਾਂ ਹੋਏਗਾ, ਇੱਦਾਂ ਸਾਡਾ ਫੈਸਲਾ ਅਸੀਂ ਨਹੀਂ ਕਰ ਸਕਦੇ। ਪਤਾ ਹੀ ਨਹੀਂ ਮੈਨੂੰ ਯਾਰ, ਪਤਾ ਹੀ ਨਹੀਂ ਮੈਨੂੰ, ਪਤਾ ਮੈਂ ਕਿਹਾ 15-20 ਮਿੰਟ ਰੁਕ ਕੇ ਮੈਂ ਤੁਹਾਨੂੰ ਦੱਸ ਦੂੰਗਾ ਸਾਰਾ ਕੁਛ, ਮੈਨੂੰ ਕੁਛ ਨਹੀਂ ਪਤਾ ਹੈਗਾ ਜੀ ਫੈਕਟ।